ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਅਸੀਂ ਚਰਚਾ ਕਰਾਂਗੇ ਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਸੰਬੰਧ ਵਿੱਚ ਸ਼ਕਤੀ ਸੰਤੁਲਨ ਦਾ ਕੀ ਅਰਥ ਹੈ ਅਤੇ ਸ਼ਕਤੀ ਸੰਤੁਲਨ ਦੀਆਂ ਕਿਹੜੀਆਂ-ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਅੰਤਰਰਾਸ਼ਟਰੀ ਰਾਜਨੀਤੀ ਸੰਬੰਧੀ ਜਿਹੜੇ ਵਿਦਵਾਨ ਯਥਾਰਥਵਾਦ ਵਿੱਚ ਯਕੀਨ ਰੱਖਦੇ ਹਨ, ਉਹਨਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਰਾਜਨੀਤਿਕ ਸੰਬੰਧਾਂ ਨੂੰ ਮੁੱਖ ਤੌਰ 'ਤੇ ਸ਼ਕਤੀ ਸੰਤੁਲਨ ਕਾਇਮ ਕਰਦਾ ਹੈ। ਮੁੱਖ ਤੌਰ 'ਤੇ ਸ਼ਕਤੀ ਸੰਤੁਲਨ ਹੀ ਅੰਤਰਰਾਸ਼ਟਰੀ ਰਾਜਨੀਤੀ ਨੂੰ ਓਪਰੇਟ ਕਰਦਾ ਹੈ। ਸ਼ਕਤੀ ਸੰਤੁਲਨ ਦਾ ਵਾਸਤਵ ਮੀਨਿੰਗ ਕੀ ਹੈ ਇਹਨਾਂ ਵਿਦਵਾਨਾਂ ਦੇ ਅਨੁਸਾਰ, ਉਸ ਤੱਕ ਪਹੁੰਚਣ ਤੋਂ ਪਹਿਲਾਂ ਅਸੀਂ ਇੱਕ ਦੋ ਵਿਦਵਾਨਾਂ ਦੁਆਰਾ ਦਿੱਤੀਆਂ ਪਰਿਭਾਸ਼ਾਵਾਂ ਦਾ ਅਧਿਐਨ ਕਰਦੇ ਹਾਂ। ਲਾਰਡ ਕਸਲਰੇ ਨੇ ਕਿਹਾ ਹੈ ਕਿ ਰਾਸ਼ਟਰਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਦਰਮਿਆਨ ਅਜਿਹਾ ਨਿਆਂਪੂਰਨ ਸਮਤੋਲ ਪੈਦਾ ਕਰਨਾ ਜਿਹੜਾ ਕਿਸੇ ਰਾਸ਼ਟਰ ਨੂੰ ਇੰਨਾ ਸ਼ਕਤੀਸ਼ਾਲੀ ਬਣਨ ਤੋਂ ਰੋਕੇ ਕਿ ਉਹ ਆਪਣੀਆਂ ਇੱਛਾਵਾਂ ਦੂਸਰਿਆਂ 'ਤੇ ਨਾ ਠੋਸ ਸਕੇ, ਅਜਿਹਾ ਸਿਸਟਮ ਹੈ ਜੋ ਉਹ ਸ਼ਕਤੀ ਸੰਤੁਲਨ ਅਖਵਾਉਂਦਾ ਹੈ। ਇਸੇ ਹੀ ਦਿਸ਼ਾ ਵਿੱਚ ਸਿਡਨੀ ਬੀ ਫੇ ਨੇ ਕਿਹਾ ਹੈ ਕਿ ਸ਼ਕਤੀ ਸੰਤੁਲਨ ਦਾ ਅਰਥ ਹੈ ਰਾਸ਼ਟਰਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸ਼ਕਤੀ ਦਾ ਲਗਭਗ ਸਮਤੋਲ, ਜਿਹੜਾ ਕਿਸੇ ਰਾਸ਼ਟਰ ਨੂੰ ਦੂਸਰੇ ਰਾਸ਼ਟਰ 'ਤੇ ਆਪਣੀ ਇੱਛਾ ਥੋਪਣ ਤੋਂ ਰੋਕ ਸਕੇ। ਸ਼ਕਤੀ ਸੰਤੁਲਨ ਦੀਆਂ ਦੋਵੇਂ ਹੀ ਪਰਿਭਾਸ਼ਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਸ਼ਕਤੀ ਸੰਤੁਲਨ ਉਸ ਪ੍ਰਬੰਧਨ ਨੂੰ, ਉਸ ਸਿਸਟਮ ਨੂੰ ਕਿਹਾ ਜਾਂਦਾ ਹੈ ਜਿੱਥੇ ਕੁਝ ਰਾਜ, ਇੱਕ ਤੋਂ ਜ਼ਿਆਦਾ ਰਾਜ ਕਾਫ਼ੀ ਜ਼ਿਆਦਾ ਸ਼ਕਤੀਸ਼ਾਲੀ ਹੋਣ, ਆਮ ਰਾਜਾਂ ਤੋਂ ਵੱਧ ਸ਼ਕਤੀਸ਼ਾਲੀ ਹੋਣ ਪਰ ਆਪਸ ਦੇ ਵਿੱਚ ਲਗਭਗ ਬਰਾਬਰ ਹੋਣ। ਉਹਨਾਂ ਵੱਡੇ ਰਾਜਾਂ ਦੇ ਵਿੱਚੋਂ, ਗ੍ਰੇਟ ਪਾਵਰਸ ਦੇ ਵਿੱਚੋਂ ਜੇ ਕੋਈ ਰਾਜ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੂਸਰੇ ਰਾਜ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਤਾਂ ਕਿ ਉਹਨਾਂ ਦੇ ਵਿੱਚ ਆਪਸ ਵਿੱਚ ਜੋ ਬੈਲੈਂਸ ਸੀ ਉਹ ਬੈਲੈਂਸ ਉਸੇ ਤਰ੍ਹਾਂ ਬਣਿਆ ਰਹੇ। ਇਸੇ ਪ੍ਰਬੰਧਨ ਨੂੰ, ਸ਼ਕਤੀ ਪ੍ਰਬੰਧਨ ਦੀ ਇਸੇ ਵਿਧੀ ਨੂੰ ਸ਼ਕਤੀ ਸੰਤੁਲਨ ਕਿਹਾ ਜਾਂਦਾ ਹੈ। 1815 ਤੋਂ ਲੈ ਕੇ 1914 ਤੱਕ ਦਾ 100 ਸਾਲ ਦਾ ਜੋ ਸਮਾਂ ਹੈ ਉਸ ਨੂੰ ਸ਼ਕਤੀ ਸੰਤੁਲਨ ਦਾ ਗੋਲਡਨ ਪੀਰੀਅਡ ਮੰਨਿਆ ਜਾਂਦਾ ਹੈ ਹਿਸਟਰੀ ਵਿੱਚ। ਸ਼ਕਤੀ ਸੰਤੁਲਨ ਦੇ ਅਰਥਾਂ ਦਾ ਅਧਿਐਨ ਕਰਨ ਤੋਂ ਬਾਅਦ ਆਓ ਅਸੀਂ ਸ਼ਕਤੀ ਸੰਤੁਲਨ ਦੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਦੇ ਹਾਂ। ਸਭ ਤੋਂ ਪਹਿਲੀ ਵਿਸ਼ੇਸ਼ਤਾ ਹੈ ਸ਼ਕਤੀ ਸੰਤੁਲਨ ਦੀ ਕਿ ਇਹ ਸ਼ਕਤੀ ਸੰਬੰਧਾਂ ਵਿੱਚ ਸੰਤੁਲਨ ਦੀ ਸਥਿਤੀ ਹੈ। ਕਿਸੇ ਖੇਤਰ ਦੇ ਵਿੱਚ ਜਾਂ ਅਸੀਂ ਵਿਸ਼ਵ ਦੀ ਗੱਲ ਕਰੀਏ, ਵਿਸ਼ਵ ਦੇ ਵਿੱਚ ਕੁਛ ਪਾਵਰਸ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਗ੍ਰੇਟ ਪਾਵਰਸ ਜਾਂ ਵੱਡੀਆਂ ਸ਼ਕਤੀਆਂ ਕਿਹਾ ਜਾਂਦਾ, ਜਿਹੜੀਆਂ ਆਪਸ ਦੇ ਵਿੱਚ ਲਗਭਗ ਬਰਾਬਰ ਹੁੰਦੀਆਂ ਨੇ। ਆਪਸ ਦੇ ਵਿੱਚ ਸ਼ਕਤੀ ਦਾ ਇੱਕ ਸੰਤੁਲਨ ਬਣਿਆ ਹੋਇਆ ਹੁੰਦਾ ਹੈ ਅਤੇ ਜਿਹੜਾ ਵੀ ਰਾਜ ਇਹਨਾਂ ਦੇ ਵਿੱਚੋਂ ਉਸ ਸੰਤੁਲਨ ਦੇ ਵਿੱਚ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰਦਾ ਹੈ, ਬਾਕੀ ਦੇ ਰਾਜ ਉਸ ਰਾਜ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਕਤੀ ਸੰਤੁਲਨ ਲਈ ਸ਼ਰਤ ਹੈ ਕਿ ਜਿਹੜੀਆਂ ਗ੍ਰੇਟ ਪਾਵਰਸ ਨੇ, ਸ਼ਕਤੀਸ਼ਾਲੀ ਰਾਜ ਨੇ, ਉਹ ਇੱਕ ਤੋਂ ਜ਼ਿਆਦਾ ਹੋਣ। ਜਿਵੇਂ ਅਸੀਂ ਇਸ ਸਕਰੀਨ 'ਤੇ ਦੇਖ ਰਹੇ ਹਾਂ ਕਿ ਇੱਕ ਰਾਜ ਜੋ ਹੈ ਸ਼ਕਤੀਸ਼ਾਲੀ ਰਾਜਾਂ ਦੇ ਵਿੱਚੋਂ ਵੀ ਜੋ ਇੱਕ ਰਾਜ ਹੈ ਉਹ ਬਾਕੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਵੱਡਾ ਹੈ। ਬਾਕੀ ਦੇ ਜਿਹੜੇ ਵੱਡੇ ਰਾਜ ਨੇ ਜਾਂ ਸ਼ਕਤੀਸ਼ਾਲੀ ਰਾਜ ਨੇ ਉਹ ਕਿਸੇ ਵੀ ਪੱਖ ਤੋਂ ਉਸ ਰਾਜ ਦਾ ਮੁਕਾਬਲਾ ਕਰਨ ਦੀ ਹੈਸੀਅਤ ਵਿੱਚ ਨਹੀਂ ਹਨ। ਇਹ ਅਜਿਹੇ ਸਿਸਟਮ ਨੂੰ ਜਦ ਅਸੀਂ ਸ਼ਕਤੀ ਸੰਤੁਲਨ ਦਾ ਸਿਸਟਮ ਨਹੀਂ ਕਹਿ ਸਕਦੇ। ਸ਼ਕਤੀ ਸੰਤੁਲਨ ਲਈ ਜ਼ਰੂਰੀ ਹੈ ਕਿ ਰਾਜਾਂ ਦੀ ਬਹੁਤ ਸੰਖਿਆ, ਇੱਕ ਤੋਂ ਜ਼ਿਆਦਾ ਰਾਜ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਹੋਣ ਜਿਹੜੇ ਆਪਸ ਦੇ ਵਿੱਚ ਲਗਭਗ ਬਰਾਬਰ ਹੋਣ। ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇਤਿਹਾਸ ਦੇ ਕਿਸੇ ਵੀ ਪੜਾਅ 'ਤੇ ਜੋ ਸੰਤੁਲਨ ਕਦੇ ਕਾਇਮ ਹੋਇਆ ਹੈ ਉਹ ਪਰਮਾਨੈਂਟ ਨਹੀਂ ਹੋਇਆ ਅਤੇ ਨਾ ਹੀ ਅਜਿਹਾ ਸੰਤੁਲਨ ਪਰਮਾਨੈਂਟ ਬਣ ਸਕਦਾ ਹੈ, ਕਿਉਂਕਿ ਜੋ ਵੱਡੀਆਂ ਸ਼ਕਤੀਆਂ ਨੇ ਹੋ ਸਕਦਾ ਹੈ ਉਹ ਸਾਰੀਆਂ ਉੱਨਤੀ ਕਰਦੇ ਸਮੇਂ ਆਪਸ ਦੇ ਵਿੱਚ ਬਰਾਬਰ ਰਹਿਣ। ਹੋ ਸਕਦਾ ਉਹਨਾਂ ਦੇ ਵਿੱਚੋਂ ਕੋਈ ਰਾਜ ਹੈ ਜਿਹੜਾ ਉਹ ਬਹੁਤ ਘੱਟ ਸਪੀਡ ਨਾਲ ਉੱਨਤੀ ਕਰੇ ਬਾਕੀ ਰਾਜਾਂ 'ਚੋਂ, ਜਾਂ ਅਸੀਂ ਕਹਿ ਦਈਏ ਵੱਡੀਆਂ ਪਾਵਰਸ ਦੇ ਵਿੱਚੋਂ ਬਾਹਰ ਹੋ ਜਾਏ। ਇਹ ਵੀ ਹੋ ਸਕਦਾ ਹੈ ਕਿ ਕੋਈ ਰਾਜ ਬਹੁਤ ਜ਼ਿਆਦਾ ਸਪੀਡ ਨਾਲ ਉੱਨਤੀ ਕਰ ਜਾਵੇ ਅਤੇ ਬਾਕੀ ਰਾਜਾਂ ਦੇ ਉੱਪਰ ਉਹ ਆਪਣੀ ਡੋਮੀਨੈਂਸ ਕਾਇਮ ਕਰ ਲਵੇ ਅਤੇ ਪੁਰਾਣਾ ਜੋ ਬੈਲੈਂਸ ਬਣਿਆ ਹੋਇਆ ਸੀ ਉਸ ਬੈਲੈਂਸ ਨੂੰ ਡਿਸਟਰਬ ਕਰ ਦੇਵੇ। ਇਸ ਲਈ ਕੋਈ ਵੀ ਜੋ ਬੈਲੈਂਸ ਆਫ ਪਾਵਰ ਦਾ ਸਿਸਟਮ ਹੈ ਉਹ ਪਰਮਾਨੈਂਟ ਨਹੀਂ ਹੁੰਦਾ, ਕਿਉਂਕਿ ਹਰ ਰਾਜ ਆਪਣੀ ਸ਼ਕਤੀ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕੋਈ ਰਾਜ ਇਸ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਕੋਈ ਰਾਜ ਇਸ ਵਿੱਚ ਕਾਮਯਾਬ ਨਹੀਂ ਹੁੰਦਾ। ਨਿਕੋਲਸ ਦਾ ਵਿਚਾਰ ਹੈ ਕਿ ਸ਼ਕਤੀ ਸੰਤੁਲਨ ਕੋਈ ਪਰਮਾਤਮਾ ਦਾ ਦਿੱਤਾ ਗਿਆ ਤੋਹਫ਼ਾ ਨਹੀਂ ਹੈ ਕਿ ਇਸ ਨੇ ਕਾਇਮ ਰਹਿਣਾ ਹੀ ਰਹਿਣਾ ਹੈ। ਸ਼ਕਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਐਫਰਟਸ ਕਰਨੇ ਪੈਂਦੇ ਨੇ ਵੱਡੀਆਂ ਸ਼ਕਤੀਆਂ ਨੂੰ। ਜਿਵੇਂ ਇੱਥੇ ਅਸੀਂ ਦੇਖਦੇ ਹਾਂ ਕਿ ਇੱਕ ਰਾਜ ਨੇ ਆਪਣੀ ਸ਼ਕਤੀ ਦੇ ਵਿੱਚ ਕਾਫ਼ੀ ਸਾਰਾ ਵਾਧਾ ਕਰ ਲਿਆ ਹੈ, ਦੂਸਰਿਆਂ ਰਾਜਾਂ ਦੇ ਮੁਕਾਬਲੇ ਇਸ ਦੀ ਪੁਜੀਸ਼ਨ ਡੋਮੀਨੇਸ਼ਨ ਵਾਲੀ ਹੋ ਗਈ ਹੈ, ਤਾਂ ਇਹ ਨਹੀਂ ਹੈ ਕਿ ਕੁਦਰਤੀ ਵਰਤਾਰਾ ਨਹੀਂ ਹੈ ਕਿ ਬਾਕੀ ਰਾਜਾਂ ਦੀ ਸ਼ਕਤੀ ਵੀ ਉਸੇ ਹੀ ਸਪੀਡ ਨਾਲ ਵੱਧ ਜਾਵੇਗੀ ਅਤੇ ਉਹ ਉਸ ਦਾ ਮੁਕਾਬਲਾ ਕਰਨ ਦੇ ਯੋਗ ਹੋ ਜਾਣਗੇ, ਬੈਲੈਂਸ ਨੂੰ ਕਾਇਮ ਰੱਖਣ ਦੇ ਯੋਗ ਹੋ ਜਾਣਗੇ। ਜੇ ਦੂਸਰੇ ਰਾਜ ਚਾਹੁੰਦੇ ਨੇ ਕਿ ਸੰਤੁਲਨ ਕਾਇਮ ਰੱਖਣਾ ਹੈ ਤਾਂ ਉਹਨਾਂ ਨੂੰ ਇਸ ਲਈ ਐਫਰਟ ਕਰਨੇ ਪੈਣਗੇ। ਜਾਂ ਤਾਂ ਉਹ ਆਪਣੀ ਸ਼ਕਤੀ ਦੇ ਵਿੱਚ ਵਾਧਾ ਕਰ ਸਕਦੇ ਨੇ, ਪਰੰਤੂ ਅਜਿਹਾ ਆਮ ਕਰਕੇ ਪੋਸੀਬਲ ਨਹੀਂ ਹੁੰਦਾ, ਕਿਉਂਕਿ ਹਰ ਰਾਜ ਦੀ ਆਪੋ ਆਪਣੀ ਕਪੈਸਿਟੀ ਹੁੰਦੀ ਹੈ, ਆਪੋ ਆਪਣੇ ਹਾਲਾਤ ਹੁੰਦੇ ਹਨ। ਇਸ ਲਈ ਉਹਨਾਂ ਕੋਲ ਫਿਰ ਸੈਕਿੰਡ ਆਪਸ਼ਨ ਹੁੰਦੀ ਹੈ ਕਿ ਆਪਸ ਦੇ ਵਿੱਚ ਉਹ ਇੱਕ ਦੂਸਰੇ ਨਾਲ ਕੋਈ ਸੰਧੀ ਸਮਝੌਤਾ ਕਰਨ,
ਆਪਸ ਦੇ ਵਿੱਚ ਕੋਈ ਉਹ ਮਿਲਟਰੀ ਅਲਾਇੰਸ ਬਣਾਉਣ ਤਾਂ ਕਿ ਉਹ ਜਿਹੜਾ ਡੋਮੀਨੇਸ਼ਨ ਵਾਲੀ ਪੋਜੀਸ਼ਨ ਵਿੱਚ ਪਹੁੰਚਿਆ ਹੋਇਆ ਸਟੇਟ ਹੈ ਉਸ ਦਾ ਮੁਕਾਬਲਾ ਕਰ ਸਕਣ। ਸਾਡੇ ਕਹਿਣ ਦਾ ਭਾਵ ਹੈ ਕਿ ਸ਼ਕਤੀ ਸੰਤੁਲਨ ਕੋਈ ਆਟੋਮੈਟਿਕ ਸਿਸਟਮ ਨਹੀਂ ਹੈ ਕਿ ਜੇ ਇੱਕ ਰਾਜ ਦੀ ਸ਼ਕਤੀ ਵਿੱਚ ਵਾਧਾ ਹੋ ਗਿਆ ਤਾਂ ਦੂਸਰੇ ਰਾਜਾਂ ਦੀ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ। ਉਹ ਤਾਂ ਹੋਵੇਗਾ ਜੇ ਦੂਸਰੇ ਰਾਜ ਇਸ ਲਈ ਐਫਰਟ ਕਰਨਗੇ। ਰਾਜ ਜਦੋਂ ਵੀ ਆਪਣੀ ਸ਼ਕਤੀ ਵਿੱਚ ਵਿਸ਼ੇਸ਼ ਕਰਕੇ ਸੈਨਿਕ ਸ਼ਕਤੀ ਵਿੱਚ ਅਥਾਹ ਵਾਧਾ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਅਸੀਂ ਅਜਿਹਾ ਇਸ ਖੇਤਰ ਦੇ ਵਿੱਚ ਜਾਂ ਵਿਸ਼ਵ ਦੇ ਵਿੱਚ ਸ਼ਕਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਕੀਤਾ ਹੈ। ਪਰੰਤੂ ਸ਼ਕਤੀ ਸੰਤੁਲਨ ਬਣਿਆ ਹੋਇਆ ਹੈ ਜਾਂ ਸ਼ਕਤੀ ਸੰਤੁਲਨ ਨਹੀਂ ਬਣਿਆ ਹੋਇਆ, ਇਸ ਸੰਬੰਧੀ ਰਾਜ ਫਿਰ ਦੋ ਗਰੁੱਪਾਂ ਦੇ ਵਿੱਚ ਵੰਡੇ ਜਾਂਦੇ ਨੇ। ਜਿਹੜਾ ਉਸ ਸਮੇਂ ਰਾਜ ਫਾਇਦੇ ਵਾਲੀ ਪੁਜੀਸ਼ਨ 'ਚ ਹੋਵੇ, ਜਿਵੇਂ ਇੱਥੇ ਅਸੀਂ ਦੇਖ ਰਹੇ ਹਾਂ ਕਿ ਸੀ ਨਾਮ ਦਾ ਰਾਜ ਹੈ ਜੋ ਬਾਕੀ ਰਾਜਾਂ ਦੇ ਮੁਕਾਬਲੇ ਡੋਮੀਨੇਸ਼ਨ ਵਾਲੀ ਪੁਜੀਸ਼ਨ ਵਿੱਚ ਹੈ, ਤਾਂ ਅਜਿਹਾ ਰਾਜ ਉਸ ਸਮੇਂ ਯਥਾ ਸਥਿਤੀ ਦੀ ਸਪੋਰਟ ਕਰਦਾ ਹੈ, ਭਾਵ ਜਿਹੋ ਜਿਹੇ ਹਾਲਾਤ ਹਨ ਉਸੇ ਤਰ੍ਹਾਂ ਦੇ ਹੀ ਬਣੇ ਰਹਿਣ, ਸਟੇਟਸ ਕੋ ਚਾਹੁੰਦਾ ਹੈ। ਜਿਹੜੇ ਰਾਜ ਕਮਜ਼ੋਰ ਪੁਜੀਸ਼ਨ 'ਤੇ ਚਲੇ ਗਏ ਹਨ ਇਸ ਸ਼ਕਤੀਸ਼ਾਲੀ ਰਾਜ ਦੇ ਮੁਕਾਬਲੇ 'ਤੇ, ਉਹਨਾਂ ਰਾਜਾਂ ਨੂੰ ਰਿਵੀਜਨਿਸਟ ਸਟੇਟਸ ਕਿਹਾ ਜਾਂਦਾ ਹੈ। ਇਹ ਕਹਿੰਦੇ ਨੇ ਕਿ ਨਹੀਂ, ਮੌਜੂਦਾ ਸਮੇਂ ਦੇ ਵਿੱਚ ਜੋ ਬੈਲੈਂਸ ਹੈ ਉਹ ਸੀ ਨੇ ਭੰਗ ਕਰ ਦਿੱਤਾ ਹੈ। ਇਸ ਬੈਲੈਂਸ ਨੂੰ ਸਾਨੂੰ ਨਵੇਂ ਸਿਰਿਓਂ ਬਣਾਉਣਾ ਚਾਹੀਦਾ ਹੈ, ਆਪਣੇ ਆਪ ਨੂੰ ਇੰਪਾਵਰ ਕਰਨਾ ਚਾਹੀਦਾ ਹੈ ਜਾਂ ਸਾਨੂੰ ਆਪਸ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਹੈ। ਕਿਸੇ ਪਰਟੀਕੁਲਰ ਸਮੇਂ 'ਤੇ ਸ਼ਕਤੀ ਸੰਤੁਲਨ ਬਣਿਆ ਹੋਇਆ ਹੈ ਜਾਂ ਉਹ ਭੰਗ ਹੋ ਗਿਆ ਹੈ, ਜਾਂ ਕਿੰਨਾ ਕੁ ਸੰਤੁਲਨ ਬਣਿਆ ਹੋਇਆ ਹੈ, ਕਿਹੜੇ ਕਿਹੜੇ ਰਾਜਾਂ ਦੀ ਆਪਸੀ ਸ਼ਕਤੀ ਕਿੰਨੀ ਕੁ ਆਪਸ ਦੇ ਵਿੱਚ ਮਿਲਦੀ ਜੁਲਦੀ ਹੈ, ਇਸ ਦਾ ਪੂਰਾ ਅੰਦਾਜ਼ਾ ਲਾਉਣਾ ਸੰਭਵ ਨਹੀਂ ਹੁੰਦਾ, ਕਿਉਂਕਿ ਕੋਈ ਇਸ ਤਰ੍ਹਾਂ ਦਾ ਯੰਤਰ ਨਹੀਂ ਹੈ ਜਿਹੜਾ ਰਾਜਾਂ ਦੀ ਸ਼ਕਤੀ ਨੂੰ ਇਸ ਤਰ੍ਹਾਂ ਕਿਸੇ ਤਰੀਕੇ ਨਾਲ ਮਿਣ ਸਕੇ। ਜਦੋਂ ਫਿਰ ਕੋਈ ਸ਼ਕਤੀ ਸੰਤੁਲਨ ਬਣਦਾ ਹੈ ਤਾਂ ਉਸ ਦੀ ਜੋ ਟੈਸਟ ਹੈ ਉਹ ਯੁੱਧ ਨੂੰ ਮੰਨਿਆ ਜਾਂਦਾ ਹੈ। ਜਦੋਂ ਕੋਈ ਵੱਡਾ ਯੁੱਧ ਸ਼ੁਰੂ ਹੋ ਜਾਂਦਾ ਹੈ ਤਾਂ ਅਸੀਂ ਮੰਨਦੇ ਹਾਂ ਕਿ ਸ਼ਕਤੀ ਸੰਤੁਲਨ ਭੰਗ ਹੋ ਗਿਆ ਹੈ। ਜਿਵੇਂ ਸ਼ਕਤੀ ਸੰਤੁਲਨ ਦਾ ਜੋ ਗੋਲਡਨ ਪੀਰੀਅਡ ਹੈ ਉਹ 1815 ਤੋਂ ਲੈ ਕੇ 1914 ਤੱਕ ਦੇ ਸਮੇਂ ਨੂੰ ਮੰਨਿਆ ਜਾਂਦਾ ਹੈ। 1914 ਦੇ ਵਿੱਚ ਕਿਉਂਕਿ ਫਸਟ ਵਰਲਡ ਵਾਰ ਸ਼ੁਰੂ ਹੋ ਗਈ ਸੀ, ਇਸ ਲਈ 1914 ਤੋਂ ਅਸੀਂ ਕਹਿ ਸਕਦੇ ਹਾਂ ਕਿ ਉਹ ਸੰਤੁਲਨ ਜਿਹੜਾ 100 ਸਾਲ ਬਣਿਆ ਰਿਹਾ, ਜਿਹੜਾ ਗੋਲਡਨ ਪੀਰੀਅਡ ਸੀ ਬੈਲੈਂਸ ਆਫ ਪਾਵਰ ਦਾ, ਉਹ ਖਤਮ ਹੋ ਗਿਆ। ਕਿਸੇ ਸਮੇਂ ਦੇ ਸ਼ਕਤੀ ਦੇ ਸੰਤੁਲਨ ਸੰਬੰਧੀ ਦੋ ਤਰ੍ਹਾਂ ਦੇ ਵਿਚਾਰ ਸਾਨੂੰ ਮਿਲ ਸਕਦੇ ਨੇ, ਵਸਤੂਨਿਸ਼ਠ ਅਤੇ ਵਿਅਕਤੀਨਿਸ਼ਠ। ਵਸਤੂਨਿਸ਼ਠ ਜੋ ਅਸੀਂ ਆਪਣੇ ਅਨੁਸਾਰ ਕਿਸੇ ਚੀਜ਼ ਦੀ ਵਿਆਖਿਆ ਕਰਦੇ ਹਾਂ, ਵਸਤੂਨਿਸ਼ਠ ਜਾਂ ਓਬਜੈਕਟਿਵ ਜਿਹੜਾ ਜਿਸ ਤਰ੍ਹਾਂ ਦੀ ਕੋਈ ਵਸਤੂ ਹੈ ਉਸ ਤਰ੍ਹਾਂ ਦੀ ਅਸੀਂ ਵਿਆਖਿਆ ਕਰਦੇ ਹਾਂ। ਆਮ ਤੌਰ 'ਤੇ ਜਿਹੜਾ ਇੱਕ ਇਤਿਹਾਸਕਾਰ ਹੈ, ਨਿਰਪੱਖ ਇਤਿਹਾਸਕਾਰ, ਉਹ ਸ਼ਕਤੀ ਸੰਤੁਲਨ ਜੋ ਕਿਸੇ ਪਰਟੀਕੁਲਰ ਸਮੇਂ 'ਤੇ ਹੁੰਦਾ ਹੈ ਉਸ ਦੀ ਨਿਰਪੱਖ ਵਿਆਖਿਆ ਕਰਦਾ ਹੈ। ਜੋ ਰਾਜਨੀਤੀਵਾਨ ਹੈ ਉਹ ਆਪਣੇ ਰਾਜ ਦੇ ਫੇਵਰ ਵਿੱਚ ਵਿਆਖਿਆ ਕਰਦਾ ਹੈ। ਜਿਵੇਂ ਰਾਜਨੀਤੀਵਾਨ ਕਦੋਂ ਮੰਨਦਾ ਹੈ ਕਿ ਹਾਂ ਹੁਣ ਸ਼ਕਤੀ ਸੰਤੁਲਨ ਕਾਇਮ ਹੋਇਆ ਹੋਇਆ ਹੈ, ਜਦੋਂ ਉਸ ਦਾ ਰਾਜ ਡੋਮੀਨੇਟਿੰਗ ਪੁਜੀਸ਼ਨ ਦੇ ਵਿੱਚ ਹੋਵੇ। ਪਰੰਤੂ ਇੱਕ ਇਤਿਹਾਸਕਾਰ ਸ਼ਕਤੀ ਸੰਤੁਲਨ ਦੀ ਕਾਇਮੀ ਉਸ ਸਮੇਂ ਮੰਨਦਾ ਹੈ ਜਦੋਂ ਸਾਰੇ ਰਾਜ ਨੇ ਜਿਹੜੇ ਉਹਨਾਂ ਦਾ ਆਪਸ ਦੇ ਵਿੱਚ ਅਸਲ ਦੇ ਵਿੱਚ ਬੈਲੈਂਸ ਬਣਿਆ ਹੋਇਆ ਹੋਵੇ। ਸ਼ਕਤੀ ਸੰਤੁਲਨ ਕੋਈ ਸ਼ਾਂਤੀ ਦਾ ਸਾਧਨ ਨਹੀਂ ਹੈ, ਇਸ ਦਾ ਉਦੇਸ਼ ਸ਼ਾਂਤੀ ਕਾਇਮ ਨਹੀਂ ਰੱਖਣਾ ਨਹੀਂ ਹੁੰਦਾ। ਇਸ ਦਾ ਉਦੇਸ਼ ਹੁੰਦਾ ਹੈ ਜਿਹੜੇ ਜੋ ਵੱਡੇ ਰਾਜ ਨੇ, ਵੱਡੀਆਂ ਸ਼ਕਤੀਆਂ ਨੇ, ਉਹਨਾਂ ਦੇ ਵਡੱਪਣ ਨੂੰ ਬਣਾ ਕੇ ਰੱਖਣਾ ਹੁੰਦਾ ਹੈ। ਇਸ ਲਈ ਜਿਹੜਾ ਵੀ ਰਾਜ ਉਹਨਾਂ ਤੋਂ ਵੱਡਾ ਬਣਨ ਦੀ ਕੋਸ਼ਿਸ਼ ਕਰਦਾ ਹੈ ਉਸ ਦਾ ਉਹ ਵਿਰੋਧ ਕਰਦੇ ਹਨ, ਉਸ ਨਾਲ ਉਹ ਯੁੱਧ ਕਰਨ ਨੂੰ ਵੀ ਤਿਆਰ ਹੋ ਜਾਂਦੇ ਹਨ। ਕਈ ਵਾਰੀ ਬਾਕੀ ਦੇ ਦੀਆਂ ਗ੍ਰੇਟ ਪਾਵਰਸ ਉਸ ਦੇ ਵਿਰੁੱਧ ਸੰਤੁਲਨ ਭੰਗ ਕਰਨ ਵਾਲੇ ਰਾਜ ਦੇ ਵਿਰੁੱਧ ਇਕੱਠੇ ਹੋ ਕੇ ਵੀ ਯੁੱਧ ਕਰਦੇ ਹਨ। ਇਸ ਲਈ ਬੈਲੈਂਸ ਆਫ ਪਾਵਰ ਨੂੰ ਸ਼ਾਂਤੀ ਦਾ ਸਾਧਨ ਨਹੀਂ ਕਿਹਾ ਜਾ ਸਕਦਾ, ਇਹ ਸਿਰਫ ਆਪਣੀ ਪੁਜੀਸ਼ਨ ਨੂੰ ਮੇਨਟੇਨ ਰੱਖਣ ਦਾ, ਬੈਲੈਂਸ ਨੂੰ ਮੇਨਟੇਨ ਰੱਖਣ ਦਾ ਇੱਕ ਸਾਧਨ ਹੈ, ਸ਼ਕਤੀ ਪ੍ਰਬੰਧਨ ਦਾ ਇੱਕ ਸਾਧਨ ਹੈ ਇੰਟਰਨੈਸ਼ਨਲ ਪੋਲੀਟਿਕਸ ਵਿੱਚ। ਸ਼ਕਤੀ ਸੰਤੁਲਨ ਕੋਈ ਲੋਕਤੰਤਰੀ ਵਿਧੀ ਨਹੀਂ ਹੈ। ਸ਼ਕਤੀ ਸੰਤੁਲਨ ਵਿੱਚ ਰਾਜਾਂ ਦੀ ਭੂਮਿਕਾ ਹੁੰਦੀ ਹੈ, ਰਾਜਾਂ ਦੀ ਸ਼ਕਤੀ ਦੇ ਆਧਾਰ 'ਤੇ। ਜਿਹੜੀਆਂ ਵੱਡੀਆਂ ਪਾਵਰਸ ਨੇ ਉਹਨਾਂ ਦੀ ਜ਼ਿਆਦਾ ਸ਼ਕਤੀ ਹੁੰਦੀ ਹੈ, ਇਸ ਲਈ ਉਹਨਾਂ ਦੀ ਭੂਮਿਕਾ ਵੀ ਜ਼ਿਆਦਾ ਹੁੰਦੀ ਹੈ। ਅੰਤਰਰਾਸ਼ਟਰੀ ਰਾਜਨੀਤੀ ਨੂੰ ਉਹੀ ਓਪਰੇਟ ਕਰਦੀਆਂ ਹਨ, ਬਾਕੀ ਜਿਹੜੇ ਛੋਟੇ ਰਾਜ ਨੇ ਉਹਨਾਂ ਦੀ ਕੋਈ ਬਹੁਤੀ ਭੂਮਿਕਾ ਨਹੀਂ ਹੁੰਦੀ। ਉਹਨਾਂ ਦੀ ਵਰਤੋਂ ਜੇ ਕੀਤੀ ਵੀ ਜਾਂਦੀ ਹੈ ਤਾਂ ਸਿਰਫ ਉਸੇ ਤਰ੍ਹਾਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਦੀ ਬੈਲੈਂਸ ਬਣਾਉਣ ਲਈ ਜ਼ਰੂਰੀ ਹੁੰਦੀ ਹੈ। ਜਿਹੜੇ ਬਹੁਤ ਛੋਟੇ ਰਾਜ ਨੇ, ਘੱਟ ਸ਼ਕਤੀਸ਼ਾਲੀ ਰਾਜ ਨੇ, ਉਹਨਾਂ ਦੀ ਕੋਈ ਬਹੁਤ ਵਧੀਆ ਬਹੁਤ ਇੰਪੋਰਟੈਂਟ ਭੂਮਿਕਾ ਨਹੀਂ ਹੁੰਦੀ। ਉਹਨਾਂ ਦੀ ਜੋ ਭੂਮਿਕਾ ਹੁੰਦੀ ਹੈ ਤਾਂ ਉਹ ਇੱਕ ਤੱਕੜੀ ਦੇ ਵਿੱਚ ਜਿਵੇਂ ਪਾਸਕ ਦੇ ਤੌਰ 'ਤੇ ਛੋਟੇ ਵੱਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਤਰ੍ਹਾਂ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਜੇ ਲੱਗਦਾ ਹੈ ਕਿ ਸ਼ਕਤੀ ਸੰਤੁਲਨ ਦੇ ਦੌਰ ਵਿੱਚ ਇੱਕ ਰਾਜ ਨੇ ਆਪਣੇ ਆਪ ਨੂੰ ਕਾਫੀ ਜ਼ਿਆਦਾ ਸ਼ਕਤੀਸ਼ਾਲੀ ਕਰ ਲਿਆ ਹੈ, ਤਾਂ ਹੋ ਸਕਦਾ ਹੈ ਕੋਈ ਦੂਸਰਾ ਰਾਜ ਹੈ ਜਿਹੜਾ ਕਿਸੇ ਆਪਣੇ ਨਾਲ ਗੁਆਂਢੀ ਲੱਗਦੇ ਛੋਟੇ ਰਾਜ 'ਤੇ ਆਪਣਾ ਪ੍ਰਭੂਤਵ ਕਾਇਮ ਕਰਨ ਦੀ ਕੋਸ਼ਿਸ਼ ਕਰੇ ਤਾਂ ਕਿ ਉਸ ਦੇ ਸੰਸਾਧਨਾਂ ਨੂੰ
ਆਪਣੇ ਫੇਵਰ ਵਿੱਚ ਵਰਤਿਆ ਜਾ ਸਕੇ ਅਤੇ ਇਸ ਰਾਜ ਦੇ ਵਿਰੁੱਧ ਸੰਤੁਲਨ ਕਾਇਮ ਕੀਤਾ ਜਾ ਸਕੇ, ਇਸ ਰਾਜ ਦੇ ਜਿੰਨੀ ਸ਼ਕਤੀ ਆਪਣੇ ਕੋਲ ਇਕੱਠੀ ਕੀਤੀ ਜਾ ਸਕੇ। ਇਸ ਤਰ੍ਹਾਂ ਸ਼ਕਤੀ ਸੰਤੁਲਨ ਦੇ ਵਿੱਚ ਮੁੱਖ ਭੂਮਿਕਾ ਵੱਡੀਆਂ ਪਾਵਰਸ ਨਿਭਾਉਂਦੀਆਂ ਨੇ, ਛੋਟੇ ਰਾਜਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸ਼ਕਤੀ ਸੰਤੁਲਨ ਨੂੰ ਕਾਇਮ ਰੱਖਣ ਦੇ ਵਿੱਚ ਸੰਤੁਲਕ ਦੀ ਭੂਮਿਕਾ ਅਹਿਮ ਹੁੰਦੀ ਹੈ। ਇਸ ਨੂੰ ਲਾਫਿੰਗ ਥਰਡ ਪਾਰਟੀ ਵੀ ਕਿਹਾ ਜਾਂਦਾ ਹੈ। ਜਦੋਂ ਵੀ ਕੋਈ ਰਾਜ ਵੱਡੀਆਂ ਪਾਵਰਸ ਦੇ ਵਿੱਚੋਂ ਸ਼ਕਤੀ ਸੰਤੁਲਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸੰਤੁਲਕ ਉਸ ਦੇ ਵਿਰੋਧੀਆਂ ਦਾ ਸਾਥ ਦਿੰਦਾ ਹੈ ਅਤੇ ਉਸ ਰਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਹਾਲਾਤ ਨੋਰਮਲ ਹੋ ਜਾਂਦੇ ਨੇ, ਇਹ ਫਿਰ ਆਪਣੀ ਨੋਰਮਲ ਪੁਜੀਸ਼ਨ 'ਤੇ, ਨਿਊਟਰਲ ਪੁਜੀਸ਼ਨ 'ਤੇ ਆ ਜਾਂਦਾ ਹੈ। ਯੂਰਪੀਅਨ ਪੋਲੀਟਿਕਸ ਦੇ ਵਿੱਚ ਬਹੁਤ ਸਾਰਾ ਸਮਾਂ ਇੰਗਲੈਂਡ ਨੇ ਸੰਤੁਲਕ ਦੀ ਭੂਮਿਕਾ ਨਿਭਾਈ ਹੈ। ਬੇਸ਼ੱਕ ਇੰਗਲੈਂਡ ਜਿੰਨੀ ਸ਼ਕਤੀ ਵਾਲੇ ਹੋਰ ਕਈ ਰਾਜ ਸੀ, ਫਰਾਂਸ, ਜਰਮਨ ਵਗੈਰਾ ਉਸ ਸਮੇਂ ਯੂਰਪ ਦੇ ਵਿੱਚ, ਪਰੰਤੂ ਇੰਗਲੈਂਡ ਦੀ ਇੱਕ ਵਿਸ਼ੇਸ਼ ਪੁਜੀਸ਼ਨ ਇਸ ਕਰਕੇ ਬਣੀ ਹੋਈ ਸੀ ਕਿਉਂਕਿ ਇੰਗਲੈਂਡ ਦਾ ਬਹੁਤ ਵੱਡਾ ਸਾਮਰਾਜ ਸੀ ਏਸ਼ੀਆ ਦੇ ਵਿੱਚ, ਅਫਰੀਕਾ ਦੇ ਵਿੱਚ। ਇਸ ਲਈ ਆਪਣੀ ਇਸ ਵਿਸ਼ੇਸ਼ ਪੁਜੀਸ਼ਨ ਦੀ ਵਰਤੋਂ ਕਰਦੇ ਹੋਏ ਇੰਗਲੈਂਡ ਸੰਤੁਲਕ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਯੂਰਪ ਦੇ ਵਿੱਚ। ਜਿਹੜਾ ਵੀ ਰਾਜ ਕੋਈ ਬਹੁਤ ਜ਼ਿਆਦਾ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਸ ਰਾਜ ਦੇ ਵਿਰੁੱਧ ਇੰਗਲੈਂਡ ਪ੍ਰਭਾਵਿਤ ਰਾਜਾਂ ਦਾ ਸਾਥ ਦਿੰਦਾ ਸੀ ਅਤੇ ਜਦੋਂ ਹਾਲਾਤ ਨੋਰਮਲ ਹੋ ਜਾਂਦੇ ਸੀ ਤਾਂ ਫਿਰ ਆਪਣੀ ਨਿਊਟਰਲ ਵਾਲੀ ਪੁਜੀਸ਼ਨ 'ਤੇ ਆ ਜਾਂਦਾ ਸੀ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।